पंजाब के लोग ये दसना चाहते हैं दिल्ली नूं कि जिहड़ियां तेरियां पंजाब अते पंथ विरोधी हरकतां ने वो सानूं मंजूर नहीं। जिन्हें भी पंजाब के मसले आ उन्हां उत्ते पूरा आपदा जिहड़ा रोह आ वो दिखा रहा। स्टेट पंजाब के पंथ के मसले हल करन योगी नहीं है, पर स्टेट इन्नी ज़्यादा जालम ते इन्नी आपदे आप नूं समर्था ते लै चुकी है कि वो इत्थे उठन वाली हर बगावत नूं टैरोरिज्म नाल जोड़ के इहदा घाण करन कराउण नूं तैयार वर तैयार। साडियां पंथक धिरां दे विचों कई लोग जिहड़े आ ਉਹ ਵੀ ਦਾਅਵੇ ਕਰਨ ਲੱਗੇ ਪਏ ਨੇ ਕਿ ਜੀ ਬਸ ਗੱਲ ਬਣੀ ਪਈ ਆ, ਲੋਕਾਂ ਨੇ ਆਪੇ ਹੀ ਕਹਿਣ ਲੱਗ ਜਾਣਾ ਵੀ ਖਾਲਿਸਤਾਨ ਦੀ ਤਾਂ ਲੋੜ ਹੀ ਨਹੀਂ ਹੈਗੀ। ਇਹ ਵੀ ਗੱਲ ਚਾਹੇ ਸਿਆਸੀ ਨਜ਼ਰੀਏ ਤੋਂ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਆ ਕਿ ਪੰਜਾਬ ਦੇ ਮਸਲੇ ਹੱਲ ਹੋਣੇ ਚਾਹੀਦੇ ਆ, ਅਤੇ ਲੋਕਾਂ ਦੇ ਵਿੱਚੋਂ ਮਜ਼ਾਕ ਦਾ ਵਿਸ਼ਾ ਵੀ ਬਣੇ ਆ ਕਿ ਤੁਸੀਂ 25-30 ਸਾਲ ਇਹਨਾਂ ਦੇ ਨਾਲ ਪੂਰੀ ਸਾਂਝ ਰੱਖੀ ਆ, ਉਦੋਂ ਦਾ ਪੰਜਾਬ ਦੇ ਦਰਿਆਈ ਪਾਣੀ ਜਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਕਦੇ ਗੱਲ ਨਹੀਂ ਕੀਤੀ। ਸਿੱਖਾਂ ਦੀਆਂ ਲੇਰਾਂ ਪਵਾ ਕੇ ਪੰਜਾਬ ਦੇ ਲੋਕਾਂ ਦਾ ਕੁੱਟ ਕਟਾਪਾ ਕਰਕੇ ਪੰਜਾਬ ਦੇ ਮਸਲੇ ਉਲਝਾ ਕੇ ਜਿਹੜਾ ਸਾਰੇ ਭਾਰਤ ਤੋਂ ਵੋਟ ਲੈਣ ਵਾਲਾ ਚੱਲਿਆ ਰਿਹਾ ਸਿਸਟਮ ਇੱਥੇ, ਉਹਦੇ ਤਹਿਤ ਦੇਖ ਕੇ ਲੱਗਦਾ ਨਹੀਂ ਕਿ ਮੋਦੀ ਜਿਹੜਾ ਹੈ ਉਹ ਕੋਈ ਵੱਡੀ ਗੱਲ ਕਰ ਸਕਦਾ। ਭਗਵੰਤ ਮਾਨ ਦੀਆਂ ਪਿਛਲੇ ਦੌਰ ਦੀਆਂ ਜਿਹੜੀਆਂ ਕਮੇਡੀ ਦੀਆਂ ਕੈਸਟਾਂ ਨੇ ਜਾਂ ਉਹਦੇ ਬੋਲਣ ਚੱਲਣ ਦਾ ਅੰਦਾਜ਼ ਆ, ਅਜੇ ਤੱਕ ਉਹੋ ਜਿਹੀ ਪੁਖਤਗੀ ਜਿਹੋ ਜਿਹੀ ਇੱਕ ਸਿਆਸੀ ਲੀਡਰ ਦੀ ਹੁੰਦੀ ਆ ਉਹ ਹਾਸਲ ਨਹੀਂ ਕਰ ਸਕਿਆ। ਨਵਜੋਤ ਸਿੰਘ ਸਿੱਧੂ ਚਾਹੇ ਜਿੰਨਾ ਮਰਜ਼ੀ ਸੀਰੀਅਸ ਗੱਲ ਕਰਦਾ ਹੋਵੇ, ਜਦੋਂ ਹੱਕ ਪੱਲੇ ਜੇ ਮਾਰਦਾ ਉਹ ਫਿਰ ਉਹੀ ਕੁਛ ਕਰ ਜਾਂਦਾ ਜਿਹੜਾ ਕੁਛ ਸਟੇਜਾਂ ਦੇ ਉੱਤੇ ਕਰਕੇ ਉੱਥੇ ਤਾੜੀਆਂ ਲੈਣੀਆਂ ਹੁੰਦੀਆਂ ਨੇ, ਠੋਕੋ ਤਾਲੀ ਮੁੱਖ ਮੰਤਰੀ ਦੀ ਪਦਵੀ ਦੇ ਲਾਇਕ ਨਹੀਂ ਲੱਗਦਾ। ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਸ਼ਿਪ ਦੇ ਕਿਰਦਾਰ ਨੇ ਜਾਂ ਉਹਨਾਂ ਦੇ ਸਿਧਾਂਤ ਨੇ ਜਾਂ ਨੀਤੀਆਂ ਨੇ ਜਾਂ ਬਿਆਨ ਨੇ ਜਾਂ ਬੰਦੇ ਆ, ਉਹਨਾਂ ਤੋਂ ਕੋਈ ਆਸ ਰੱਖਣੀ ਵੀ ਇਹ ਬੜੇ ਪੰਜਾਬ ਪ੍ਰਤੀ ਸਹਿਰਦ ਨੇ, ਪੰਜਾਬ ਦੇ ਲੋਕਾਂ ਦੇ ਮਸਲਿਆਂ ਪ੍ਰਤੀ ਸਹਿਰਦ ਨੇ, ਇਹੋ ਜਿਹੀ ਕੋਈ ਗੱਲ ਦਿਖਦੀ? ਪੰਜਾਬ ਤੋਂ ਬਾਹਰੋਂ ਆਉਣ ਵਾਲੀਆਂ ਪਾਰਟੀਆਂ ਦੇ ਪੈਰ ਲੱਗਣੇ, ਚਾਹੇ ਉਹ ਭਾਜਪਾ ਦੇ ਲੱਗਣ ਅਤੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਲੱਗਣ, ਇਹ ਪੰਜਾਬ ਲਈ ਇੱਕ ਹੋਰ ਖਤਰਨਾਕ ਦੌਰ ਜਿਹੜਾ ਹੈ ਉਹ ਸ਼ੁਰੂ ਹੋਣ ਦੇ ਆਸਾਰ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਆ, ਸਿੱਖ ਤੇ ਕਿਸਾਨ ਜਥੇਬੰਦੀਆਂ ਇਹਦਾ ਵਿਰੋਧ ਕਰ ਰਹੀਆਂ। ਜਿੱਡਾ ਵੱਡਾ ਕਿਸਾਨ ਸੰਘਰਸ਼ ਦੇ ਦੌਰਾਨ ਵਿਰੋਧ ਸੀ BJP ਦਾ, ਭਾਵੇਂ ਓਡਾ ਜਾਂ ਉਵੇਂ ਦਾ ਤਾਪ ਤੇਜ ਤਾਂ ਨਹੀਂ ਰਿਹਾ, ਤੇ ਇਹ ਫੈਸਲਾ ਜਿਹੜਾ ਹੈ ਉਹ ਹੋਇਆ ਵੀ ਹੁਣ ਆਖਰੀ ਜੇ ਪਲਾਂ ਤੇ ਹੀ ਆ। ਜੇ ਕਿਤੇ ਜਿਹੋ ਜਿਹਾ ਮਾਹੌਲ 2 ਮਹੀਨੇ ਪਹਿਲਾਂ ਸੀ ਉਦੋਂ ਕਿਤੇ ਮੋਦੀ ਨੇ ਆਉਣਾ ਹੁੰਦਾ ਤਾਂ ਪੂਰਾ ਧੂਤਕੜਾ ਪੈਣਾ ਸੀ, ਠੋਕਵਾਂ ਵਿਰੋਧ ਹੋਣਾ ਸੀ। ਜਿਸ ਤਰੀਕੇ ਨਾਲ BJP ਦੇ ਪੰਜਾਬ ਦੇ ਵਿੱਚ ਆਗੂਆਂ ਦਾ ਜਲੂਸ ਨਿਕਲਦਾ ਸੀ, ਉਸ ਹਿਸਾਬ ਨਾਲ ਉਸ ਰੈਲੀ ਮੌਕੇ ਜੇਕਰ ਮੋਦੀ ਆਉਣ ਦੀ ਜਿੱਦ ਕਰਦਾ ਤਾਂ ਕਹਾਣੀ ਕੁਛ ਹੋਰ ਹੋਣੀ ਸੀ। ਪਰ ਹੁਣ ਵੀ ਵਿਰੋਧ ਜਿਹੜਾ ਹੈਗਾ ਕਾਫੀ ਹੱਦ ਤੱਕ ਹੋ ਰਿਹਾ, ਪੰਜਾਬ ਆਪਦੀ ਬਾਗੀ ਭਾਵਨਾ ਦਿਖਾ ਰਿਹਾ। ਪੰਜਾਬ ਦੇ ਲੋਕ ਇਹ ਦੱਸਣਾ ਚਾਹੁੰਦੇ ਆ ਦਿੱਲੀ ਨੂੰ ਕਿ ਜਿਹੜੀਆਂ ਤੇਰੀਆਂ ਪੰਜਾਬ ਅਤੇ ਪੰਥ ਵਿਰੋਧੀ ਹਰਕਤਾਂ ਨੇ ਉਹ ਸਾਨੂੰ ਮਨਜ਼ੂਰ ਨਹੀਂ। ਜਿਸ ਤਰੀਕੇ ਦੇ ਨਾਲ ਲਖੀਮਪੁਰ ਖੀਰੀ ਦੇ ਵਿੱਚ ਸਿੱਖਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਜ਼ੁਲਮ ਹੋਇਆ, ਤੇ ਜਿਸ ਤਰੀਕੇ ਨਾਲ ਕਿਸਾਨਾਂ ਉੱਤੇ ਜ਼ੁਲਮ ਕਰਨ ਵਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤ ਨੂੰ ਪਹਿਲਾਂ ਬਚਾਉਣ ਦੇ ਯਤਨ ਹੁੰਦੇ ਰਹੇ ਤੇ ਹੁਣ ਵੀ ਮਿਸ਼ਰੇ ਨੂੰ ਅਜੇ ਤੱਕ ਵੀ ਅਹੁਦੇ ਤੋਂ ਨਹੀਂ ਹਟਾਇਆ। ਸੋ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਦੇ ਬਾਰੇ ਕੀ ਸੋਚਦਾ ਹੈ ਜਾਂ BJP ਕੀ ਸੋਚਦੀ ਆ, ਭਗਵਾਂ ਏਜੰਡਾ ਭਗਵਾਂ ਬ੍ਰਿਗੇਡ ਕੀ ਸੋਚਦਾ, UP ਵਾਲੇ ਕੀ ਸੋਚਦੇ ਆ, ਇਹ ਉਹਨਾਂ ਦੀ ਮੌਜ ਆ। ਪਰ ਪੰਜਾਬ ਕਿਵੇਂ ਸੋਚਦਾ, ਪੰਜਾਬ ਇਕੱਲਾ ਇਸ ਮੁੱਦੇ ਉੱਤੇ ਨਹੀਂ, ਜਿੰਨੇ ਵੀ ਪੰਜਾਬ ਦੇ ਮਸਲੇ ਆ ਉਹਨਾਂ ਉੱਤੇ ਪੂਰਾ ਆਪਦਾ ਜਿਹੜਾ ਰੋਹ ਆ ਉਹ ਦਿਖਾ ਰਿਹਾ। ਇੱਥੇ ਇਹ ਵੀ ਗੱਲ ਚਾਹੇ ਸਿਆਸੀ ਨਜ਼ਰੀਏ ਤੋਂ ਹੀ
सरदार प्रकाश सिंह बादल ने की है कि पंजाब के मसले हल होने चाहिए आ लोगों के मजाक का विशा भी बने आ कि तुम 25-30 साल इन्हों के नाल पूरी सांझ रखी है उदों का पंजाब के दरियाई पानी या चंडीगढ़ पंजाब नूं देण दी कदे गल नहीं की हुण तुहानूं बड़ा चेता आया होया पर यह मुद्दे है तो है ना। सो जिहड़ा पिछले दो महीने तो मेहनत करके एक माहौल सिरजिया अजीत अखबार के भी एक खबर जिहड़ी सी वह लवाई सी जिहदे राही ये प्रभाव देण दा जतन किया गया सी कि वाकई मोदी जदों पंजाब आएगा कोई वड्डा पैकेज दे के जाएगा। सानू तो यह याद आ भी जदों बेअंता बुच्चर मुख्यमंत्री बनिया सी पंजाब दा उदों जदों तक वह मरिया नहीं यही चर्चा चलती रही भी दिल्ली ने एक बड़ा वड्डा पैकेज देना जिहदे नाल पंजाब दा सारा जिहड़ा हैगा काया कल्प हो जाण। वह मर नहीं मर गया पर कोई इहो जिहा पैकेज पूकज नहीं सी मिले। वो हुण जिहड़ा है मोदी पंजाब दे विच आ रिहा ते पूरा माहौल सिरजिया गया। ढींडसे ने भी यही गल कही कि असी पंजाब दे बहुत सारे अहम मसले आ जिहड़े उन्हां दे उत्ते गल कीती आ ते वह मसले हल होणगे ते फिर ही गल साडी जिहड़ा जिहड़ा गठजोड़ आ साडा वो कामयाब आ। ढींडसे ने तां अजे सहिंदी जी गल कीती आ कैप्टन ने तां फट्टी चक्के पए ने। कैप्टन अमरिंदर सिंह पूरे धड़ल्ले नाल ये गल्लां करदे कराउंदे आ कि जी साडी इन्हां मसलियां दे उत्ते चर्चा हो गई आ ते बस जिद्दण किते गल बणी लोकां नूं यानी कि कहण तों भावे आ वी आस बहुत वड्डी बना दित्ती होई है। हुण जे जेलां च नजरबंद सिंघां दा मसला है जां चंडीगढ़ पंजाब नूं देण दा मसला जां पंजाब दा करजा सारा माफ कर देण दा मसला जां होर इहो जिहे बहुत सीरियस बड़े गंभीर मसले आ जे उन्हां मसलियां दे उत्ते बनी हुई जिहड़ी इत्थे राय आ जिवें लोकां दे विच इह बणाया पिया वी बस जदण मोदी आया उहने आह वी ऐलान कर देना उह वी ऐलान कर देना फूक ज्यादा वड्डी बणाई फिरदे आ हवा ज्यादा वड्डी बणाई फिरदे आ ਇਹ ਲੱਗਦਾ ਨਹੀਂ ਕਿ ਮੋਦੀ ਜਿਹੜਾ ਹੈ ਉਹ ਇਹ ਸਾਰੇ ਮਸਲਿਆਂ ਦੇ ਉੱਤੇ ਕੋਈ ਹੱਲ ਕਰ ਸਕਦਾ ਕਿਉਂਕਿ ਇਹ ਮਸਲੇ ਇੰਨੇ ਜ਼ਿਆਦਾ ਉਲਝਾਏ ਗਏ ਨੇ ਵੋਟ ਰਾਜਨੀਤੀ ਦੇ ਤਹਿਤ ਹਰਿਆਣੇ ਤੇ ਹਿਮਾਚਲ ਦੇ ਜਾਂ ਹੋਰਨਾਂ ਸੂਬਿਆਂ ਦੇ ਜਾਂ ਭਾਰਤ ਦੇ ਹਿੰਦੂ ਦੀ ਵੋਟ ਆ ਜਿਹੜੀ ਉਹ ਇਹਨਾਂ ਮੁੱਦਿਆਂ ਦੇ ਸਿਰ ਤੇ ਤਾਂ ਲਈ ਜਾਂਦੀ ਰਹੀ ਆ ਵੀ ਦੇਖੋ ਅਸੀਂ ਪੰਜਾਬ ਵਾਲਿਆਂ ਦੀਆਂ ਚੀਕਾਂ ਪਵਾਉਂਦੇ ਹਾਂ ਸਿੱਖਾਂ ਦੀਆਂ ਲੇਰਾਂ ਪਵਾ ਕੇ ਪੰਜਾਬ ਦੇ ਲੋਕਾਂ ਦਾ ਕੁੱਟ ਕਟੱਪਾ ਕਰਕੇ ਪੰਜਾਬ ਦੇ ਮਸਲੇ ਉਲਝਾ ਕੇ ਜਿਹੜਾ ਸਾਰੇ ਭਾਰਤ ਤੋਂ ਵੋਟ ਲੈਣ ਵਾਲਾ ਚੱਲਿਆ ਰਿਹਾ ਸਿਸਟਮ ਇੱਥੇ ਉਹਦੇ ਤਹਿਤ ਦੇਖ ਕੇ ਲੱਗਦਾ ਨਹੀਂ ਕਿ ਮੋਦੀ ਜਿਹੜਾ ਹੈ ਉਹ ਕੋਈ ਵੱਡੀ ਗੱਲ ਕਰ ਸਕਦਾ। ਪਰ ਚਲੋ ਆਪਾਂ ਬਹੁਤਾ ਨੈਗੇਟਿਵ ਨਾ ਸੋਚੀਏ ਜਿੰਨਾ ਕੁ ਉਹ ਤੋਂ ਮਿਲੂਗਾ ਉਹ ਵੀ ਲੱਗਦਾ ਵੀ ਐਲਾਨ ਹੀ ਹੋਣਗੇ ਜਿਵੇਂ ਕੱਲ ਨੂੰ ਉਹਨੇ ਆਉਣਾ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨੀ ਸਿੰਘ ਚੰਨੀ ਨੇ ਵੀ ਵਰਕਾ ਇੱਕ ਚੱਕ ਲਿਆ ਤੇ ਉਹਦੇ ਉੱਤੇ ਪਤਾ ਨਹੀਂ ਕੀ ਕੁਛ ਲਿਖਿਆ ਹੋਇਆ ਸੀਗਾ ਵੀ ਐਂ ਕਰ ਦਿਆਂਗੇ ਉਹ ਕਰ ਦਿਆਂਗੇ। ਆਹ 4-5 ਘੰਟੇ ਹੋ ਗਏ ਆ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਜਿਹੜੇ ਮੀਡੀਆ ਨਾਲ ਜੁੜੇ ਹੋਏ ਲੋਕ ਨੇ ਉਹਨਾਂ 'ਚ ਇਹੀ ਚਰਚਾ ਵੀ ਅੱਜ ਤਾਂ ਹਨੇਰੀ ਠਾਲੀ ਪਈ ਆ ਚੰਨੀ ਸਰਕਾਰ ਨੇ। ਪੰਜਾਬ ਦੇ ਵਿੱਚ ਇਸ ਵੇਲੇ ਜਿੰਨੇ ਸਿਆਸੀ ਖੇਤਰ ਦੇ ਭਲਵਾਨ ਨੇ ਜੇ ਉਹਨਾਂ ਤੇ ਨਜ਼ਰ ਮਾਰੀਏ ਤਾਂ ਕੋਈ ਗੰਭੀਰਤਾ ਵਾਲੀ ਕੋਈ ਇਹੋ ਜਿਹੀ ਗੱਲ ਸੰਵੇਦਨਸ਼ੀਲਤਾ ਵਾਲੀ ਦਿਖਦੀ ਨਹੀਂ। ਜਿਵੇਂ ਮੋਦੀ ਦੀਆਂ ਗੱਲਾਂ ਦਾ ਮਜ਼ਾਕ ਉੱਡਦਾ ਹੈ ਜਿਵੇਂ ਮੋਦੀ ਦੇ ਹਰ ਪੈਂਤੜੇ ਦਾ ਵਿਰੋਧ ਹੁੰਦਾ ਉਵੇਂ ਹੀ ਪੰਜਾਬ ਦੇ ਵਿੱਚ ਜਿਹੜੀਆਂ ਸਿਆਸੀ ਸਫ਼ਾ ਦੇ ਵਿੱਚ ਸ਼ਖਸੀਅਤਾਂ ਨੇ ਉਹਨਾਂ ਬਾਰੇ ਜੇ ਗੱਲ ਕਰੀਏ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਚਰਚਾ ਹੁੰਦੀ ਹੈ। ਉਹਨੂੰ ਉਹ ਮੁੱਖ ਮੰਤਰੀ ਦੇ ਤੌਰ ਤੇ ਉਭਾਰਦੇ ਆ ਜਾਂ ਕਿੰਨਾ ਕੁ ਉਹਨੂੰ ਅਹਿਮੀਅਤ ਦਿੰਦੇ ਆ ਉਹ ਤਾਂ ਚਲੋ ਪਾਰਟੀ ਦਾ ਮਸਲਾ ਪਰ ਪਾਰਟੀ ਨੇ ਉਹਨੂੰ ਚਿਹਰਾ ਮੋਹਰਾ ਕਾਫੀ ਬਣਾਇਆ ਹੋਇਆ। ਹੁਣ ਭਗਵੰਤ ਮਾਨ ਦੀਆਂ ਪਿਛਲੇ ਦੌਰ ਦੀਆਂ ਜਿਹੜੀਆਂ ਕਾਮੇਡੀ ਦੀਆਂ ਕੈਸਟਾਂ ਨੇ ਜਾਂ ਉਹਦੇ ਬੋਲਣ ਚੱਲਣ ਦਾ ਅੰਦਾਜ਼ ਆ ਅਜੇ ਤੱਕ ਉਹ ਉਹੋ ਜਿਹੀ ਪੁਖਤਗੀ ਜਿਹੋ ਜਿਹੀ ਇੱਕ ਸਿਆਸੀ ਲੀਡਰ ਦੀ ਹੁੰਦੀ ਆ ਉਹ ਹਾਸਲ ਨਹੀਂ ਕਰ ਸਕਿਆ। ਉਹਦੇ ਨਾਲ ਕਈ ਵਿਵਾਦ ਵੀ ਪੁੱਠੇ ਸਿੱਧੇ ਜੁੜੇ ਜਦੋਂ ਬਰਗਾੜੀ ਮੋਰਚਾ ਚੱਲਦਾ ਸੀ ਉਦੋਂ ਵੀ ਕਈ ਗੱਲਾਂ ਵਾਪਰੀਆਂ। ਉਹ ਭਗਵੰਤ ਮਾਨ ਜਿਹੜਾ ਹੈ
ਉਹ ਜਿਸ ਤਰੀਕੇ ਨਾਲ ਕਮੇਡੀ ਦੀ ਦੁਨੀਆ ਤੇ ਮੀਡੀਆ ਦੀ ਦੁਨੀਆ ਦੇ ਵਿੱਚੋਂ ਆਇਆ, ਕਲਾ ਦੀ ਦੁਨੀਆ ਚੋਂ ਆਇਆ, ਉਵੇਂ ਦਾ ਹੀ ਨਵਜੋਤ ਸਿੰਘ ਸਿੱਧੂ ਆ। ਨਵਜੋਤ ਸਿੰਘ ਸਿੱਧੂ ਚਾਹੇ ਜਿੰਨਾ ਮਰਜ਼ੀ ਸੀਰੀਅਸ ਗੱਲ ਕਰਦਾ ਹੋਵੇ, ਜਦੋਂ ਹੱਥ ਪੱਲੇ ਜੇ ਮਾਰਦਾ ਉਹ ਫਿਰ ਉਹੀ ਕੁਛ ਕਰ ਜਾਂਦਾ ਜਿਹੜਾ ਕੁਛ ਸਟੇਜਾਂ ਦੇ ਉੱਤੇ ਕਰਕੇ, ਉੱਥੇ ਤਾੜੀਆਂ ਲੈਣੀਆਂ ਹੁੰਦੀਆਂ ਨੇ, ਠੋਕੋ ਤਾਲੀ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ, ਉਹ ਜਿਹੜਾ ਇੱਕ ਸੰਵੇਦਨਸ਼ੀਲ ਮਨੁੱਖ ਆ ਉਹਨੂੰ ਮੁੱਖ ਮੰਤਰੀ ਦੀ ਪਦਵੀ ਦੇ ਲਾਇਕ ਨਹੀਂ ਲੱਗਦਾ। ਤੋ ਕਾਂਗਰਸ ਨੇ ਵੀ ਨਵਜੋਤ ਸਿੰਘ ਸਿੱਧੂ ਲੈ ਆਂਦਾ, ਆਮ ਆਦਮੀ ਪਾਰਟੀ ਵਾਲਿਆਂ ਨੇ ਭਗਵੰਤ ਮਾਨ ਲਿਆਂਦਾ, ਤੇ ਉਵੇਂ ਹੀ ਜਿਹੜਾ ਮੌਜੂਦਾ ਮੁੱਖ ਮੰਤਰੀ ਆ ਚਰਨੀ ਸਿੰਘ ਚੰਨੀ, ਉਹਦੀਆਂ ਬਹੁਤ ਸਾਰੀਆਂ ਗੱਲਾਂ ਦਾ ਲੋਕ ਮਜ਼ਾਕ ਬਣਾਉਂਦੇ ਆ ਵੀ ਐ ਮੈਂ ਆਹ ਵੀ ਕਰਦਾ ਰਿਹਾ, ਮੈਂ ਉਹ ਵੀ ਕਰਦਾ ਰਿਹਾ। ਫਿਰ ਭਾਜਪਾ ਵਾਲਿਆਂ ਨੇ ਹਜੇ ਪੰਜਾਬ ਦੇ ਵਿੱਚ ਕੋਈ ਮੁੱਖ ਮੰਤਰੀ ਲਿਆਂਦਾ ਤਾਂ ਨਹੀਂ, ਪਰ ਲੋਕ ਕਹਿੰਦੇ ਆ ਮੋਦੀ ਵਰਗਾ ਹੀ ਦੇਣਗੇ ਜਿਹੋ ਜਿਹਾ ਮੋਦੀ ਆ। ਉਹ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਅਸੀਂ ਇੱਕ ਸਿਆਸੀ ਕੱਦ ਕਾਠ ਦਾ ਜਾਂ ਸਿਆਸੀ ਸ਼ਖਸੀਅਤ ਦਾ ਜਿਹੋ ਜਿਹਾ ਅੱਖਾਂ ਨੇ, ਸਰੀਰ ਨੇ, ਮਨੁੱਖ ਨੇ, ਮਾਨਸਿਕਤਾ ਨੇ ਦੇਖਿਆ ਕਰਿਆ ਹੋਵੇ, ਹੁਣ ਦੇ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਦਾ ਉਹੋ ਜਿਹਾ ਹਿਸਾਬ ਕਿਤਾਬ ਕੋਈ ਹੈ ਨਹੀਂ ਗਾ। ਤੇ ਸਭ ਤੋਂ ਵੱਧ ਟ੍ਰੋਲਿੰਗ, ਸਭ ਤੋਂ ਵੱਧ ਜਿਹੜਾ ਨਿਸ਼ਾਨਾ ਬਣਦਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਹੈ। ਸਰਦਾਰ ਸੁਖਵੀਰ ਸਿੰਘ ਬਾਦਲ ਕਦੇ ਕਹਿੰਦਾ ਮੈਂ ਮੇਰੇ ਪਿਤਾ ਸਮਾਨ ਭਾਪਾ ਜੀ, ਕਦੇ ਕੁਛ ਹੋਰ। ਪਰ ਜਿਹੜੀ ਸਭ ਤੋਂ ਅਜੀਬ ਗੱਲ ਵੀ ਇੱਥੇ ਇੱਕ ਗੱਲ ਕਹਿ ਬੈਠੇ ਆ ਵੀ ਹਰੀਕੇ ਜਿਹੜੀ ਅਸੀਂ ਪਾਣੀ ਵਾਲੀ ਬੱਸ ਚਲਾਵਾਂਗੇ, ਉਹਦੇ ਬਦਲੇ ਜਿੰਨਾ ਉਹਨੇ ਜੇ ਉਹ ਨਾ ਚਲਾਉਂਦਾ ਤਾਂ ਵਧੀਆ ਰਹਿੰਦਾ ਸਗਾਂ, ਤੇ ਚਲਾ ਕੇ ਜ਼ਿਆਦਾ ਤੋਏ ਤੋਏ ਕਰਾਈ ਹੈ। ਕਦੇ ਹੋਲੀ ਵਾਲੇ ਦਿਨ ਦਸਤਾਰ ਲਾਹ ਕੇ, ਕਦੇ ਪੱਗ ਬੰਨ ਲਈ, ਪਾਲ ਖੰਡਾ ਲਏ, ਕਦੇ ਗਾਤਰਾ ਪਾ ਲਿਆ, ਕਦੇ ਲਾਹ ਲਿਆ। ਸੋ ਜਿਹੜਾ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਸ਼ਿਪ ਦੇ ਕਿਰਦਾਰ ਨੇ ਜਾਂ ਉਹਨਾਂ ਦੇ ਸਿਧਾਂਤ ਨੇ ਜਾਂ ਨੀਤੀਆਂ ਨੇ ਜਾਂ ਬਿਆਨ ਨੇ ਜਾਂ ਬੰਦੇ ਆ, ਉਹਨਾਂ ਤੋਂ ਕੋਈ ਆਸ ਰੱਖਣੀ ਵੀ ਇਹ ਬੜੇ ਪੰਜਾਬ ਪ੍ਰਤੀ ਸਹਿਰਦ ਨੇ, ਪੰਜਾਬ ਦੇ ਲੋਕਾਂ ਦੇ ਮਸਲਿਆਂ ਪ੍ਰਤੀ ਸਹਿਰਦ ਨੇ, ਇਹੋ ਜਿਹੀ ਕੋਈ ਗੱਲ ਦਿਖਦੀ। ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਸਿਆਸੀ ਲੀਡਰਸ਼ਿਪ ਦੀ ਲੋੜ ਹੈ, ਜਿਸ ਤਰੀਕੇ ਦੇ ਗੁਰੂ ਆਸ਼ੇ ਨੂੰ ਪ੍ਰਣਾਏ ਹੋਏ, ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੀਡਰਾਂ ਦੀ ਲੋੜ ਆ, ਏਦਾਂ ਦਾ ਕੁਛ ਹਿਸਾਬ ਕਿਤਾਬ ਇੱਥੇ ਹੈ ਨਹੀਂ। ਤੇ ਹਾਲ ਇਹ ਆ ਕਿ ਚਾਹੇ ਕਾਂਗਰਸ ਆ ਤੇ ਚਾਹੇ ਬੀਜੇਪੀ ਆ, ਕਾਂਗਰਸ ਆ ਚਾਹੇ ਬਾਦਲ ਦਲ ਆ, ਇਹਨਾਂ ਵਿੱਚ ਪੰਜਾਬ ਦੇ ਵਿੱਚ ਲੰਮਾ ਅਰਸਾ ਰਾਜ ਕਰਦੇ ਰਹੇ ਹੋਣ ਕਰਕੇ ਅੱਜ ਹਾਲ ਇਹਨਾਂ ਦੋਨਾਂ ਪਾਰਟੀਆਂ ਦਾ ਬਹੁਤ ਮਾੜਾ। ਤੇ ਦੂਜੇ ਥਾਵਾਂ ਤੋਂ, ਦਿੱਲੀ ਤੋਂ ਚੱਲਣ ਵਾਲੀ ਬੀਜੇਪੀ, ਦਿੱਲੀ ਤੋਂ ਚੱਲਣ ਵਾਲੀ ਆਮ ਆਦਮੀ ਪਾਰਟੀ ਜਿਹੜੀ ਆ, ਉਹ ਇਹਨਾਂ ਤੋਂ ਕਿਤੇ ਜ਼ਿਆਦਾ ਆਪਦੇ ਆਪ ਨੂੰ ਮੂਹਰੇ ਸਮਝਦੀ ਹੈ। ਆਮ ਆਦਮੀ ਪਾਰਟੀ ਜਿਹੜੀ ਆ ਉਹ ਸਮਝਦੀ ਆ ਕਿ ਇਸ ਵੇਲੇ ਅਸੀਂ ਜਿਹਨੂੰ ਜਿੱਥੋਂ ਮਰਜ਼ੀ ਖੜਾ ਕਰ ਦਈਏ, ਅਸੀਂ ਸਭ ਤੋਂ ਵੱਧ ਵੋਟਾਂ ਲੈ ਕੇ ਜਾਣ ਵਾਲੇ ਪਾਰਟੀ ਆ। ਬਹੁਤੀਆਂ ਥਾਵਾਂ ਦੇ ਉੱਤੇ ਬੀਜੇਪੀ ਨੂੰ ਵੀ ਇਹੀ ਵਹਿਮ ਕਿ ਸਾਡੀ ਤਾਂ ਅੱਜ ਚੜ੍ਹਾਈ ਆ ਪੰਜਾਬ 'ਚ। ਹਕੀਕਤ ਇਹ ਆ ਕਿ ਇਹਨਾਂ ਲੋਕਾਂ ਨੂੰ ਬੇਸ਼ੱਕ ਇਹ ਵਹਿਮ ਆ ਕੇ ਜਿਵੇਂ 1999 ਵਾਲੇ ਇਲੈਕਸ਼ਨ ਸੀ ਨਾ, ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣੇ ਜਿੱਤੇ ਆ, ਉਦੋਂ ਪੰਥਕ ਸਫਾ ਦਾ ਇੱਕ ਬੋਲਬਾਲਾ ਸੀ ਤੇ ਉਦੋਂ ਉਸ MP ਵਾਲੀ ਚੋਣ ਮੌਕੇ ਇਹ ਗੱਲ ਸੀਗੀ ਕਿ ਜਿਹਨੂੰ ਜਿੱਥੋਂ ਮਰਜ਼ੀ ਪੰਥਕ ਤੇ ਰਖੜੀਆਂ ਕਰ ਦੇਣ ਉਹਨੇ ਜਿੱਤਣਾ ਹੀ ਜਿੱਤਣਾ। ਬਹੁਤ ਕਮਾਲ ਗੱਲ ਹੋਈ ਸੀ ਉਦੋਂ, ਹੁਣ ਉਹੋ ਜਿਹੀ ਗੱਲ ਹੈ ਨਹੀਂ ਹੈ। ਪਰ ਬੀਜੇਪੀ ਤੇ ਆਮ ਆਦਮੀ ਪਾਰਟੀ ਵਾਲੇ ਸੋਚਦੇ ਨੇ, ਇਹ ਗੱਲ ਠੀਕ ਆ ਕਿ ਬਾਦਲ ਦਲ ਦਾ ਬਹੁਤ ਸਾਖ ਡਿੱਗੀ ਹੋਈ ਆ, ਪਰ ਇੰਨੀ ਮਾੜੀ ਵੀ ਨਹੀਂ ਹੈਗੀ ਕਿ ਜਿੰਨੀ ਮਾੜੀ ਅੱਜ ਬੀਜੇਪੀ ਵਾਲੇ ਸਮਝਦੇ ਆ। ਕਾਂਗਰਸ ਦਾ ਬਹੁਤ ਬੁਰਾ ਹਾਲ ਹੈ, ਪਰ ਇੰਨਾ ਬੁਰਾ ਹਾਲ ਵੀ ਹੈ ਨਹੀਂ ਜਿੰਨਾ ਆਮ ਆਦਮੀ ਪਾਰਟੀ ਵਾਲੇ ਸਮਝਦੇ ਆ। ਪਰ ਇਹ ਸਥਿਤੀ ਜਿਹੜੀ ਆ, ਪੰਜਾਬ ਤੋਂ ਬਾਹਰੋਂ ਆਉਣ ਵਾਲੀਆਂ ਪਾਰਟੀਆਂ ਦੇ ਪੈਰ ਲੱਗਣੇ, ਚਾਹੇ ਉਹ ਭਾਜਪਾ ਦੇ ਲੱਗਣ ਤੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਲੱਗਣ, ਇਹ ਪੰਜਾਬ ਲਈ ਇੱਕ ਹੋਰ ਖਤਰਨਾਕ ਦੌਰ ਜਿਹੜਾ ਹੈ ਉਹ ਸ਼ੁਰੂ ਹੋਣ ਦੇ ਆਸਾਰ ਨੇ। ਸਾਨੂੰ ਤਾਂ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਧਿਰਾਂ ਸੀ ਜਾਂ ਪੰਜਾਬ ਦੀ ਖੇਤਰੀ ਪਾਰਟੀ ਬਾਦਲ ਦਲ, ਸਾਨੂੰ ਤਾਂ ਦਿਨੇ ਤਾਰੇ ਇਹਨੇ ਦਿਖਾਤੇ ਬੀਜੇਪੀ ਨਾਲ ਰਲ ਕੇ। ਤੇ ਜਿਹੜੀਆਂ ਪਾਰਟੀਆਂ ਦਾ ਸਾਰਾ ਦਾਰੋ ਮਦਾਰ ਹੀ ਦਿੱਲੀ ਚੋਂ ਜਾਂ ਨਾਗਪੁਰ ਤੋਂ ਆ, ਉਹ ਸਾਨੂੰ ਕੀ ਲਈ ਬੈਠੇ ਆ?
ਸੋ ਪੰਜਾਬ ਦੇ ਵਿੱਚ ਸਾਨੂੰ ਇਸ ਵੇਲੇ ਬਹੁਤ ਜ਼ਿਆਦਾ ਇਹਨਾਂ ਚੋਣਾਂ ਤੋਂ ਬਾਅਦ ਦਾ ਮਾਹੌਲ ਜਿਹੜਾ ਹੈ ਉਹ ਅੰਧਕਾਰਮਈ ਦਿਖਦਾ ਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਲੱਗਦਾ ਹੈ ਕਿ ਜੀ ਫਲਾਨਾ ਜਿੱਤੂ ਫਲਾਨੇ ਨੂੰ ਕਾਮਯਾਬ ਹੋਣਾ ਇੱਕ ਗੱਲ ਪੱਕੀ ਆ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਬਹੁਤ ਖਤਰਨਾਕ ਹੋਏਗਾ ਸਟੇਟ ਜਿਹੜੀ ਆ ਉਹ ਲੋਕਾਂ ਨੂੰ ਪੰਜਾਬੀਆਂ ਨੂੰ ਸੰਤੁਸ਼ਟ ਕਰਨ ਵਿੱਚ ਪਹਿਲਾਂ ਹੀ ਸਮਰੱਥ ਨਹੀਂ ਹੈਗੀ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਜੋਗੀ ਨਹੀਂ ਰਿਸਪੋਂਸ ਕਰਨ ਜੋਗੀ ਨਹੀਂ ਸਹੀ ਤਰੀਕੇ ਨਾਲ ਡੀਲ ਕਰਨ ਜੋਗੀ ਨਹੀਂ ਤੇ ਇਸ ਜਦੋਂ ਲੋਕ ਸੰਤੁਸ਼ਟ ਨਾ ਹੋਣਗੇ ਜਦੋਂ ਲੋਕਾਂ ਦੇ ਮਸਲੇ ਹੱਲ ਨਾ ਹੋਣਗੇ ਲੋਕਾਂ ਦੀ ਗੱਲ ਨਹੀਂ ਸੁਣੀ ਜਾਏਗੀ ਤਾਂ ਇਹਦੀ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਤੀਕਿਰਿਆ ਲਾਜ਼ਮੀ ਹੋਵੇਗੀ ਤੇ ਸਟੇਟ ਜਿਹੜੀ ਆ ਉਹ ਲੋਕਾਂ ਉੱਤੇ ਸਿੱਖਾਂ ਉੱਤੇ ਪੰਜਾਬ ਦੇ ਉੱਤੇ ਜ਼ੁਲਮ ਕਰਨ ਦੇ ਲਈ ਪੂਰੀ ਕਮਰ ਕਸਾ ਰੱਖਦੀ ਆ ਸਟੇਟ ਪੰਜਾਬ ਦੇ ਪੰਥ ਦੇ ਮਸਲੇ ਹੱਲ ਕਰਨ ਜੋਗੀ ਨਹੀਂ ਹੈ ਇਹ ਇੱਕ ਗੱਲ ਆ ਪਰ ਸਟੇਟ ਇੰਨੀ ਜ਼ਿਆਦਾ ਜ਼ਾਲਮ ਤੇ ਇੰਨੀ ਆਪਦੇ ਆਪ ਨੂੰ ਸਮਰੱਥਾ ਤੇ ਲੈ ਚੁੱਕੀ ਆ ਕਿ ਉਹ ਇੱਥੇ ਉੱਠਣ ਵਾਲੀ ਹਰ ਬਗਾਵਤ ਨੂੰ ਟੈਰੋਰਿਜ਼ਮ ਨਾਲ ਜੋੜ ਕੇ ਇਹਦਾ ਘਾਣ ਕਰਨ ਕਰਾਉਣ ਨੂੰ ਤਿਆਰ ਵਰ ਤਿਆਰ ਸੋ ਵੋਟਾਂ ਜਿਹੜੀਆਂ ਨੇ ਉਹ ਪੈਣੀਆਂ ਨੇ ਵੋਟਾਂ ਲੰਘ ਜਾਣੀਆਂ ਨੇ ਪਰ ਵੋਟਾਂ ਤੋਂ ਬਾਅਦ ਵਿੱਚ ਇਲੈਕਸ਼ਨ ਤੋਂ ਬਾਅਦ ਵਿੱਚ ਜੋ ਕੁਝ ਵਾਪਰਨ ਦਾ ਆਸਾਰ ਆ ਉਹ ਬਹੁਤ ਖਤਰਨਾਕ ਹੈ ਲੋਕ ਆਸਾ ਲਾਈ ਬੈਠੇ ਆ ਮੋਦੀ ਤੋਂ ਕਿ ਮੋਦੀ ਸਰਕਾਰ ਜਿਹੜੀ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ ਆ ਤੇ ਉਹ ਆ ਰਿਹਾ ਤੇ ਉਹਨੇ ਸਾਡੇ ਸਾਰੇ ਮਸਲੇ ਹੱਲ ਕਰ ਦੇਣੇ ਸਾਡੀਆਂ ਪੰਥਕ ਧਿਰਾਂ ਦੇ ਵਿੱਚੋਂ ਕਈ ਲੋਕ ਜਿਹੜੇ ਆ ਉਹ ਵੀ ਦਾਅਵੇ ਕਰਨ ਲੱਗੇ ਪਏ ਨੇ ਕਿ ਜੀ ਬਸ ਗੱਲ ਬਣੀ ਪਈ ਆ ਲੋਕਾਂ ਨੇ ਆਪੇ ਹੀ ਕਹਿਣ ਲੱਗ ਜਾਣਾ ਵੀ ਖਾਲਿਸਤਾਨ ਦੀ ਤਾਂ ਲੋੜ ਹੀ ਨਹੀਂ ਹੈਗੀ ਖਾਲਿਸਤਾਨ ਤੋਂ ਬਗੈਰ ਬਾਕੀ ਸਾਰਾ ਕੁਛ ਹੀ ਮੋਦੀ ਦੇਣ ਨੂੰ ਤਿਆਰ ਹੋਇਆ ਬੈਠਾ ਪਰ ਇਹ ਗੱਲ ਪੱਕੀ ਆ ਕਿ ਮੋਦੀ ਸਿਰਫ ਕੁਛ ਗੱਲਾਂ ਤੇ ਐਲਾਨ ਹੀ ਕਰ ਸਕਦਾ ਪ੍ਰੈਕਟੀਕਲੀ ਕੋਈ ਗੱਲ ਕਰਨ ਕਰਾਉਣ ਵਾਲੀ ਗੱਲ ਲੱਗਦੀ ਨਹੀਂ ਅਗਲੇ ਉਹ ਨੇ ਜਿਨ੍ਹਾਂ ਨੇ ਜਿਨ੍ਹਾਂ ਦੀਆਂ ਨੀਤੀਆਂ ਨੇ ਚਾਣਕਿਆ ਨੀਤੀ ਵਰਗੀਆਂ ਛਲ ਸੇ ਮਾਂਗ ਲਿਆ ਕਰਦੇ ਹੈ ਅੰਗੂਠੇ ਕਾ ਦਾਨ ਉਹ ਤਾਂ ਇਹ ਕਹਿਣਗੇ ਕਿ ਪਹਿਲਾਂ ਬੀਜੇਪੀ ਦੀ ਸਰਕਾਰ ਬਣਾਓ ਫਿਰ ਗੱਲ ਕਰਾਂਗੇ ਉਹ ਤਾਂ ਇਹ ਕਹਿਣਗੇ ਕਿ ਪਹਿਲਾਂ ਵੋਟਾਂ ਦੇ ਵਿੱਚ ਸਾਨੂੰ ਬਹੁਮਤ ਦਬਾਓ ਫਿਰ ਗੱਲ ਕਰਾਂਗੇ ਤੇ ਐਲਾਨ ਜਿਹੜੇ ਆ ਉਹ ਜ਼ਰੂਰ ਕਰਕੇ ਜਾਣਗੇ ਕਿ ਜੇ ਸਾਡੀ ਸਰਕਾਰ ਬਣੀ ਤਾਂ ਆਹ ਕਰਾਂਗੇ ਉਹ ਕਰਾਂਗੇ ਜਿਵੇਂ ਅੱਜ ਕੱਲ੍ਹ ਚਰਨੀ ਸਿੰਘ ਚੰਨੀ ਐਲਾਨ ਕਰ ਰਹੇ ਨੇ ਜਿਵੇਂ ਨਵਜੋਤ ਸਿੰਘ ਸਿੱਧੂ ਐਲਾਨ ਕਰਦੇ ਨੇ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਐਲਾਨ ਕੀਤਾ ਹੈ ਬਈ ਜੀ ਜਿਹੜੀਆਂ ਕੁੜੀਆਂ ਪੜ੍ਹਦੀਆਂ ਨੇ ਉਹਨਾਂ ਨੂੰ ਸਕੂਟਰੀਆਂ ਲੈ ਕੇ ਦੇਵਾਂਗੇ ਤੇ ਲੋਕ ਮਖੌਲਾਂ ਕਰਦੇ ਆ ਵੀ ਇਹ ਜਿਹੜੀਆਂ ਸਕੂਟੀਆਂ ਨੇ ਇਹ ਸਿਰਫ ਉਹਨਾਂ ਕੁੜੀਆਂ ਨੂੰ ਮਿਲਣਗੀਆਂ ਜਿਨ੍ਹਾਂ ਦੇ ਭਰਾਵਾਂ ਨੂੰ ਕੈਪਟਨ ਵਾਲੇ ਸਮਾਰਟਫੋਨ ਮਿਲੇ ਹੋਏ ਨੇ ਹੁਣ ਇਹ ਗੱਲ ਸਾਰੇ ਸਮਝਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਮਾਰਟਫੋਨਾਂ ਦਾ ਲਾਰਾ ਲਾ ਕੇ ਕਿਵੇਂ ਪੰਜ ਸਾਢੇ ਚਾਰ ਸਾਲ ਰਾਜ ਕਰ ਗਿਆ ਹੁਣ ਜਿਸ ਪੰਜਾਬ ਨੂੰ ਆਪਾਂ ਦਾਤਿਆਂ ਦਾ ਸੂਰਮਿਆਂ ਦਾ ਦਾਨੀਆਂ ਦਾ ਭਗਤਾਂ ਦਾ ਗੁਰੂਆਂ ਪੀਰਾਂ ਦਾ ਪੰਜਾਬ ਜਾਣਦੇ ਆ ਜਿਹੜਾ ਪੰਜਾਬ ਹੱਸਦਾ ਵੱਸਦਾ ਖਿੜਿਆ ਹੋਇਆ ਪੰਜਾਬ ਸੀ ਜਿਸ ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਦੀ ਬਖਸ਼ ਸਦਕਾ ਇੱਥੇ ਇੰਨੀ ਜ਼ਿਆਦਾ ਉਪਜਾਊ ਧਰਤੀ ਇੱਥੇ ਦਰਿਆ ਵਗਦੇ ਸੀ ਪੰਜ ਦਰਿਆ ਜਿਹੜੇ ਸੀ ਉਹਨਾਂ ਕਰਕੇ ਨੌ ਪੰਜਾਬ ਪਿਆ ਪਹਿਲਾਂ ਸਪਤ ਸਿੰਧੂ ਵੀ ਕਹਿੰਦੇ ਰਹੇ ਸੱਤ ਦਰਿਆ ਕਰਕੇ ਤੇ ਇਹ ਸਾਰੇ ਇਸ ਸ਼ਾਨਦਾਰ ਇਤਿਹਾਸ ਨੂੰ ਕਿਵੇਂ ਰੋਲਿਆ ਗਿਆ ਤੇ ਕਿਵੇਂ ਪੰਜਾਬ ਨੂੰ ਉਜਾੜਿਆ ਗਿਆ ਉਹ ਤਾਂ ਬੀਤੇ ਦੌਰ ਦੀ ਗੱਲ ਆ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਣਾ ਪਰ ਅੱਜ ਤਾਂ ਸਾਡੇ ਸਾਹਮਣੇ ਆ ਕਿ ਪੰਜਾਬ ਨੂੰ ਭਿਖਾਰੀਆਂ ਦਾ ਪੰਜਾਬ ਬਣਾਇਆ ਜਾ ਰਿਹਾ ਦਾਤਿਆਂ ਦੇ ਪੰਜਾਬ ਨੂੰ ਭਿਖਾਰੀਆਂ ਦਾ ਪੰਜਾਬ ਕਦੋਂ ਕੇਜਰੀਵਾਲ ਆਉਂਦਾ ਹੈ ਉਹ ਪੰਜਾਬ ਦੀਆਂ ਔਰਤਾਂ ਨੂੰ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਇਆ ਦੇਣ ਦੀ ਗੱਲ ਕਰ ਜਾਂਦਾ ਹੈ ਉਧਰੋਂ ਨਵਜੋਤ ਸਿੱਧੂ ਉਹਦੇ ਮੁਕਾਬਲੇ ਤੇ ਕੋਈ ਰਕਮ ਐਲਾਨ ਦਿੰਦਾ ਉਧਰੋਂ ਬਾਦਲ ਦਲ ਵੀ ਕੋਈ ਰਕਮ ਐਲਾਨੇਗਾ ਤੇ ਇਹ ਸਾਰੇ ਕਾਸੇ ਦੇ ਵਿੱਚ ਜੇਕਰ ਕੋਈ ਸੁਹਿਰਦਤਾ ਨਾਲ ਹੁਣ ਤੱਕ ਦੇ ਇਹਨਾਂ ਲੀਡਰਾਂ ਦੇ ਸਾਰੇ ਜਿਹੜੇ ਐਲਾਨ ਕੀਤੇ ਹੋਏ ਨੇ ਉਹਨਾਂ ਦੇ ਉੱਤੇ ਅਧਿਐਨ ਕਰੇ ਤਾਂ ਉਹ ਬੰਦਾ ਇਹ ਕਵੇਗਾ ਕਿ ਪੰਜਾਬ ਨੂੰ ਬਣਾਉਣਾ ਕੀ ਚਾਹੁੰਦੇ ਆ ਚਾਹੇ ਉਹ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਬਾਦਲ ਦਲ ਆ ਤੇ ਚਾਹੇ ਭਾਜਪਾ ਇਹਨਾਂ ਚਾਰੇ ਪਾਰਟੀਆਂ ਦੇ ਲੀਡਰਾਂ ਦੇ ਬਿਆਨ ਸਾਰੇ ਇਕੱਠੇ ਕਰ ਲਓ ਵੋਟਾਂ ਤੋਂ ਦੋ ਦਿਨ ਪਹਿਲਾਂ ਬਹਿ ਕੇ ਉਹ ਸਾਰੇ ਜਿਹੜੇ ਐਲਾਨ ਤੇ ਬਿਆਨ ਨੇ ਉਹ ਤੇ ਨਜ਼ਰ ਮਾਰੋ ਤਾਂ ਬੰਦਾ
कंब जाएगा हिल जाएगा कि जे ये सारे ऐलान बयान सच्चे हो जान सही इत्थे लागू हो जान क्योंकि तो कोई कहता हैगा जी असीं शराब के ठेके पिंड पिंड खोल देंगे पिंड दे बंदे नूं देवांगे कोई कुछ जिहड़ा एक खिते नूं किसे कौम नूं किसे मुल्क नूं तबाह ते बर्बाद कर लई जो कुछ करना करवाना हुंदा वो ये सारियां सियासी पार्टियां कर रही ने। पंजाब एजेंडा जिहड़ा है वह किसे कोले नहीं, एजेंडा तो पंजाब की चढ़ती कला करन दे लई पंजाब नूं इस संकट चों कढ़न लई होना चाहिए, पर हकीकत यह आ कि किसी भी पार्टी नूं इस तरह के एजेंडे की लोड़ ही नहीं। वह कहिंदे वोटां जिहड़ियां ने जिहड़े जिहो जिहियां गल्लां करके मिल सकदियां ने जिवें नशियां दा दरिया वगा के पैसे वंड के कुट कटापे करके जां पुठे सिद्धे ढंग तरीके वरत के चोणां जित्तियां जा सकदियां ने, तां पंजाब दे लई किसी एजेंडे की तां लोड़ ही नहीं। ये पंजाब दे लोकां लई बहुत भारी बहुत वड्डी एक सट वा, ये बहुत वड्डा कलंक वा कि पंजाब दे लोकां नूं भखारियां वांगू मन्निया जा रहा कि आह चीज़ां देंगे आह ऐलान कर देंगे इहदी सरकार जिहड़ी आ बना जांगी। जेकर बाहरों आए यूपी बिहार दे जां दिल्ली दे जिहड़े बीजेपी ते आम आदमी पार्टी दे वर्कर ते लीडर ने जे उह पंजाब बारे इन्नी निकम्मी सोच रखदे आ कि बकाऊ आ जी वोटां तां इत्थे पंजाब च, ते फिर यह सोच लो कि जिहड़ी गल धर्म युद्ध मोर्चे दौरान भरपूर सिंह बलवीर जथेदार साहब ने स्टेज तो कही सी जिहड़ी बड़ी प्रचलित है कि जेकर सिखां ने राज ना लिया तो सिखां दीआं आउण वालीआं जिहड़ीआं पीढ़ियां ने जिहड़े नौजवान ने इन्हां ने जिवें पिंजरे च पंछी तड़प तड़प के मरदा ना कंधां च टक्करां मार मार के उवें मरना, अज साडे नाल उही कुछ वापर रहा। सरदार कपूर सिंह कहिंदे हुंदे सी भी जे सिखां ने राज भाग ना लिया तो सिखां दे जिहड़े बच्चे आ उह हिंदुआं दीआं गड्डियां दे उत्ते ड्राइवर लगणगे पोचा मारिया करनगे घरां च दरबार बण के खड़िया करनगे, इस तों वध कुछ नहीं हो सकण। असीं सारे उस पासे नूं वध रहे हां। पंजाब दा बाबा जरनैल सिंह जी खालसा भिंडरां वाले भी कहिंदे हुंदे सी भी सिखां नूं कसिहारे बना के मारना चाहुंदे आ। पंजाब दा हाल बहुत माड़ा है, पंजाब दे चढ़दी कला करन वाला एजेंडा जिहदे कोले जिहड़ा कहिंदा मेरे कोले हैगा उहदे कोले भी असल विच है नहीं, उह सिर्फ कहण नूं कह रहा। जदों इस मुल्क दी नीति ही इह आ कि सरकार जिहदी मर्जी आ जाए पर पंजाब नूं रोल के रखना, तां फिर पंजाब दा हर पक्खों हाल माड़ा होएगा ही होएगा। पंजाब दे जिहड़े आगू ने पंजाब दे जिहड़े लीडर ने उह जिहड़े पहलां वाले तां खाधे पीते गए जिहड़े पहलों वाले सी चाहे सरदार प्रकाश सिंह बादल सी कैरों सी बेअंता सी जां होर पार्टियां दे लीडर सी, पर आ जिहड़े हुण पैदा करके जिहड़े हुण उभारे जा रहे ने इन्हां तों कोई आस हैगी है? मान लो भगवंत मान बन जाए नवजोत सिंह सिद्धू बन जाए जां हुण सरदार सुखबीर सिंह बादल बन जाए कि ये दिल्ली तो पंजाब लई कोई पैकेज कोई चज हाल की गल लैण जोगे हैगे आ? इतों तक के बीजेपी का पंजाब का कोई आपका लीडर भी जो हो जो रौला पाते ने कि पंजाब का गैर सिख गैर जट गैर पंजाबी अपना दस्तार तो बगैर जोड़ा हो होना चाहिए बीजेपी के हिंदू कट्टरवादियों का, यह भी एक सुपना है कि एक बार असी आपका हिंदू मुख्यमंत्री जरूर बना पंजाब का। ये जिहड़ियां गल्लां उह करदे आ उस हिसाब दे नाल पंजाब प्रति वफा जिहड़ी आ उहनां तों भालणी जां आस करनी आपदे आप नूं धोखा देण वाली गल है। पंजाब दा बहुत बुरा हाल है, इसे करके हर रोज इत्थे जे कोई पंजाब दे किसे भी वड्डे शहर च फगवाड़े जलंधर चंडीगढ़ जावे पिंडां चों मुंडे कुड़ियां बसां गड्डियां च भर भर के आउंदे आ, आईलैट्स सेंटर है खुले हुए ने जिवें 90-91 दे विच पीसीओ खुले होंगे, हर साल करोड़ां रुपए तो पंजाब के लोग आईलैट्स सेंटर के राही जां जिहड़ियां फीसां भरदे आ सिर्फ वीजा लैण वाले प्रोसैस दीआं उन्हां राही खराब करदे आ, ते बहुतिआं नूं वीजा जां आईलैट्स नहीं निकलदी जां वीजा नहीं गाहां मिलदा, ये जिहड़े सारे दे सारे लोग पंजाब नूं छड्ड के भज जाणा चाहुंदे आ
ਕਹਿੰਦੇ ਕਹਾਉਂਦੇ ਅਫਸਰਾਂ ਦੇ, ਕਹਿੰਦੇ ਕਹਾਉਂਦੇ ਕਹਾਉਂਦੇ ਅਮੀਰ ਲੋਕਾਂ ਦੇ, ਜਿਹੜੇ ਕਹਿੰਦੇ ਸੀ ਖਾਲਿਸਤਾਨ ਨਹੀਂ ਚਾਹੀਦਾ, ਖਾੜਕੂਵਾਦ ਬੜਾ ਮਾੜਾ, ਉਹਨਾਂ ਸਾਰਿਆਂ ਟੱਬਰਾਂ ਦੇ ਵੱਡੇ ਵੱਡੇ ਪੁਲਿਸ ਅਧਿਕਾਰੀਆਂ ਦੇ ਨਿਆਣਿਆਂ ਨੂੰ ਵੀ ਬਾਹਰਲੇ ਮੁਲਕਾਂ ਚ ਜਾਣ ਦੇ ਲਈ ਪੂਰੀ ਹੋੜ ਲੱਗੀ ਹੋਈ ਹੈ। ਕਾਹਦੋਂ ਲੱਗੀ ਹੋਈ ਹੈ? ਪੰਜਾਬ ਤਾਂ ਭਾਈ ਤੁਸੀਂ ਬਹੁਤ ਵਧੀਆ ਬਣਾ ਲਿਆ, ਉਹ ਸਾਰੇ ਖਤਮ ਕਰ ਦਿੱਤੇ, ਮਾਰ ਦਿੱਤੇ, ਸ਼ਹੀਦ ਕਰ ਦਿੱਤੇ, ਉਹ ਵਿਦੇਸ਼ਾਂ ਨੂੰ ਭਜਾ ਤੇ ਜਾਂ ਪਾਕਿਸਤਾਨ ਬਾੜ ਤੇ ਜਾਂ ਜੇਲ੍ਹਾਂ ਚ ਤਾੜ ਤੇ, ਜਿਹੜੇ ਪੰਜਾਬ ਦਾ ਤੁਹਾਡੇ ਹਿਸਾਬ ਨਾਲ ਬੁਰਾ ਕਰਦੇ ਸੀ। ਹੁਣ ਤਾਂ ਉੱਥੇ ਪੰਜਾਬ ਬਹੁਤ ਵਧੀਆ ਬਣ ਗਿਆ, ਹੁਣ ਤਾਂ ਪੰਜਾਬ ਬਹੁਤ ਚੰਗਾ ਬਣ ਗਿਆ ਹੁਣ, ਪਰ ਨਹੀਂ, ਪੰਜਾਬ ਜਿਹੜਾ ਹੈ ਉਹ ਬਹੁਤ ਬੁਰੀ ਤਰ੍ਹਾਂ ਰੁਲ ਗਿਆ ਤੇ ਹੋਰ ਰੋਲਣ ਵਾਲਾ ਹੀ ਏਜੰਡਾ ਜਿਹੜਾ ਹੈਗਾ ਹੋਰ ਆ ਰਿਹਾ, ਜਿਹੜਾ ਪੰਜਾਬ ਦਾ ਭਲਾ ਕਰਨ ਵਾਲੀ ਗੱਲ ਆ ਉਹ ਕਿਤੇ ਦਿਖਦੀ ਨੀ। ਤੇ ਜੇਕਰ ਕੋਈ ਕਹਿੰਦਾ ਜੀ ਕੈਪਟਨ ਨੂੰ ਲਾਹ ਕੇ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਲਿਆਈਏ ਤੇ ਬਸ ਪੰਜਾਬ ਦੇ ਬਾਰੇ ਨਿਆਰਿਆ, ਝੂਠ ਬੋਲਦਾ। ਜਿਹੜਾ ਬੰਦਾ ਕਹਿੰਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਥਾਂ ਤੇ ਆਪਾਂ ਭਗਵੰਤ ਮਾਨ ਨੂੰ ਬਣਾ ਲਈਏ, ਕੋਈ ਕਹਿੰਦਾ ਨਵਜੋਤ ਸਿੱਧੂ ਨੂੰ ਬਣਾ ਲਈਏ, ਭਾਈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਮਝ ਲੈਣ ਦੀ ਲੋੜ ਹੈ ਕਿ ਭਾਰਤੀ ਹਕੂਮਤੀ ਤੰਤਰ ਦੀ ਨੀਤ ਕੀ ਆ। ਇਹਨਾਂ ਦੀਆਂ ਗੱਲਾਂ ਨੂੰ ਛੱਡੋ, ਇਹ ਤਾਂ ਇੰਨੀ ਕੁਰਸੀ ਨੂੰ ਹੱਥ ਪਾਉਣ ਲਈ ਸਭ ਕੁਛ ਕਹਿ ਦੇਣਗੇ, ਇਹਨਾਂ ਦੀਆਂ ਗੱਲਾਂ ਦੇਖ ਕੇ ਜਿਹੋ ਜਿਹੇ ਐਲਾਨ ਕਰਦੇ ਆ, ਕਹਿੰਦੇ ਕਿਸੇ ਬੰਦੇ ਦਾ ਜਿਹੜਾ ਬਲਦ ਸੀਗਾ ਉਹ ਬਲਦ ਨਾਲ ਖੇਤੀ ਕਰਦਾ ਸੀਗਾ, ਉਹ ਕਿਤੇ ਗੁਮਾਚ ਗਿਆ, ਨਿਕਲ ਗਿਆ, ਆਸੇ ਪਾਸੇ ਹੋ ਗਿਆ, ਉਹ ਕਿਸੇ ਵੱਡੇ ਸਾਰੇ ਦਰਖਤ ਤੇ ਖਜੂਰ ਤੇ ਚੜ ਗਿਆ ਤੇ ਉੱਤੇ ਚੜ ਕੇ ਵੀ ਮੈਂ ਉੱਪਰੋਂ ਦੇਖਦਾ ਕਿੱਥੇ ਕਾ, ਉੱਪਰੋਂ ਉਹ ਤਾਂ ਦਿਖਿਆ ਨੀ, ਡਰ ਲੱਗਣ ਲੱਗ ਗਿਆ। ਉੱਤੋਂ ਬੈਠਾ ਹੀ ਕਹਿੰਦਾ ਬਈ ਇਹ ਦਾਤਾ ਜੇਕਰ ਕਿਤੇ ਅੱਜ ਮਿਲ ਪਵੇ ਨਾ, ਤੇ ਜੇਕਰ ਲੱਭ ਜਾਵੇ ਅੱਜ ਮੇਰਾ ਬਲਦ ਤੇ ਮੈਂ ਨਾ 100 ਰੁਪਏ ਦੀ ਦੇਗ ਗੁਰਦੁਆਰੇ ਕਰਾਉ। ਇਹ ਥੋੜਾ ਜਿਹਾ ਥੱਲੇ ਆ ਗਿਆ, ਕਹਿੰਦਾ ਵੀ ਸ਼ਾਇਦ ਕੱਚਾ ਨਾ ਕੰਮ ਰਹਿ ਜੇ, ਕਹਿੰਦਾ ਵੀ 100 ਰੁਪਏ ਦੀ ਆਪਾਂ ਮੰਦਿਰ ਚ ਵੀ ਕਰਾਵਾਂਗੇ। ਇਹ ਥੋੜਾ ਜਿਹਾ ਥੱਲੇ ਆ ਗਿਆ, ਕਹਿੰਦਾ 100 ਰੁਪਏ ਦੀ ਆਪਾਂ ਜਿਹੜਾ ਹੈਗਾ ਈਦ ਵਾਲਿਆਂ ਨੂੰ, ਮਸਜਿਦ ਵਾਲਿਆਂ ਨੂੰ ਵੀ ਦੇ ਕੇ ਆਵਾਂਗੇ, ਚਰਚ ਵਾਲਿਆਂ ਨੂੰ ਵੀ। ਉਹ ਜਦ ਨੂੰ ਕੋਈ ਜਿਹੜਾ ਸੁਣਦਾ ਸੀ ਕੋਲੇ ਖੜਾ, ਉਹ ਕਹਿੰਦਾ ਤੂੰ ਜਿੰਨੀਆਂ ਅਰਦਾਸਾਂ ਕਰੀ ਜਾਂਦਾ ਉਹਨੇ ਦਾ ਤੇਰਾ ਬਲਦ ਨੀ ਹੋਣਾ। ਉਹ ਕਹਿੰਦਾ ਇਹ ਦੇਣਾ ਕਿਹਨੇ, ਤੂੰ ਇੱਕ ਵਾਰੀ ਮੈਨੂੰ ਬਲਦ ਦੇ ਸਿੰਘਾਂ ਨੂੰ ਹੱਥ ਪਹਿਣ ਦੇ, ਫਿਰ ਦੇਖੀ ਮੈਂ ਆਪਾਂ ਇਹਨੂੰ ਕੀ ਦਿੰਨੇ। ਇਹ ਹਾਲ ਪੰਜਾਬ ਦੇ ਇਹਨਾਂ ਲੀਡਰਾਂ ਦਾ, ਲੋਕਾਂ ਤੋਂ ਵੋਟਾਂ ਲੈਣ ਦੇ ਲਈ ਜਿਹੜਾ ਕੁਛ ਮਰਜ਼ੀ ਖਾ ਲਓ, ਜੋ ਕੁਛ ਚਾਹੋ ਉਹ ਅੱਜ ਦੇਣ ਨੂੰ ਤਿਆਰ ਹੈ। ਕਹਿੰਦੇ ਹੀ ਕਹਿੰਦਾ ਜ਼ੁਬਾਨ ਹੀ ਸੋਣੀ ਆ ਵੀ ਹੋ ਜੂਗਾ ਜੀ। ਸੋ ਲੋਕਾਂ ਨੂੰ ਭਰਮਾਉਣ ਦੇ ਲਈ ਉਹ ਗੱਲਾਂ ਕਹਿਣੀਆਂ ਤੇ ਕਰਨੀਆਂ ਜਿਹੜੀਆਂ ਹੋ ਹੀ ਨਹੀਂ ਸਕਦੀਆਂ, ਉਹ ਇਸ ਲੀਡਰਸ਼ਿਪ ਨੇ ਰਾਹ ਫੜਿਆ ਹੋਇਆ। ਇਹੋ ਜਿਹੀਆਂ ਗੱਲਾਂ ਹੀ ਬੀਜੇਪੀ ਨੇ, ਬੀਜੇਪੀ ਦੇ IT ਸੈੱਲ ਨੇ, ਢੀਂਡਸੇ ਨੇ, ਕੈਪਟਨ ਨੇ ਮੋਦੀ ਬਾਰੇ ਫੈਲਾਤੀਆਂ ਕਿ ਉਹਨੇ ਆਹ ਵੀ ਕਰ ਦੇਣਾ, ਉਹਨੇ ਉਹ ਵੀ ਕਰ ਦੇਣਾ। ਹੁਣ ਕੱਲ੍ਹ ਨੂੰ ਆ ਰਿਹਾ ਮੋਦੀ, ਇਹ ਸਾਰੀ ਜਿਹੜੀ ਹੈਗੀ ਆ ਗੱਲ ਉਹ ਕੱਲ੍ਹ ਨੂੰ ਨੰਗੀ ਹੋ ਜਾਣੀ ਹੈ ਕਿ ਉਹ ਕੀ ਦੇ ਕੇ ਜਾਂਦਾ ਤੇ ਕੀ ਕਹਿ ਕੇ ਜਾਂਦਾ। ਜਿੱਥੋਂ ਤੱਕ ਜਿਹੜਾ ਦਾ ਨਗਰਬੰਦ ਸਿੰਘਾਂ ਦਾ ਮਸਲਾ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਉਸ ਮੌਕੇ ਸਾਰੇ ਇਹ ਗੱਲ ਮੰਨ ਕੇ ਬਹਿ ਗਏ ਵੀ ਆਰਡਰ ਹੋ ਗਿਆ ਵਾ, ਤੇ ਆਹ ਫਲਾਣੇ ਫਲਾਣੇ ਖਾੜਕੂ ਸਿੰਘ ਆ ਜਿਹੜੇ, ਜਿਹਨਾਂ ਲਈ ਭਾਈ ਗੁਰਬਖਸ਼ ਸਿੰਘ ਨੇ ਵੀ ਭੁੱਖ ਹੜਤਾਲ ਕੀਤੀ, ਬਾਪੂ ਸੂਰਤ ਸਿੰਘ ਖਾਲਸਾ ਨੇ ਭੁੱਖ ਹੜਤਾਲ ਕੀਤੀ, ਪੰਥ ਨੇ ਵੀ ਬੜੀ ਉਹਦੇ ਲਈ ਜੱਦੋ ਜਹਿਦ ਕੀਤੀ ਵੀ ਇਹਨਾਂ ਦੀਆਂ ਰਿਹਾਈਆਂ ਹੋ ਜਾਣਗੀ। ਪਰ ਉਦੋਂ ਤੋਂ ਹੁਣ ਤੱਕ ਉਹ ਗੱਲ ਬਗੈਰ ਕਿਸੇ ਗੱਲ ਤੋਂ ਇਹਨਾਂ ਨੇ ਫਸਾਈ ਰੱਖੀ ਹੈ, ਤੇ ਹੁਣ ਜੇਕਰ ਉਹ ਰਿਹਾਈਆਂ ਹੀ ਹੋ ਜਾਣ ਉਹਨੂੰ ਹੀ ਇਹਨਾਂ ਨੇ ਬੜੀ ਵੱਡੀ ਗੱਲ ਬਣਾ ਦੇਣਾ, ਜਿਹੜਾ ਕਿ 1 ਸਾਲ ਪਹਿਲਾਂ ਹੀ ਲੇਟ ਚੱਲ ਰਿਹਾ ਕੰਮ। ਹੋਰ ਇਹੋ ਜਿਹੇ ਬਹੁਤ ਮਸਲੇ ਹੈ, ਜਿਵੇਂ SYL ਦਾ ਮਸਲਾ, ਤੇ SYL ਦਾ ਤਾਂ ਚਲੋ ਪੱਟ ਪਟਿਆ ਹੋ ਗਿਆ, ਪਰ ਆਹ ਜਿਹੜੀ ਗੱਲ ਆ ਕਿ ਪੰਜਾਬ ਤੋਂ ਹਰਿਆਣੇ ਨੂੰ, ਰਾਜਸਥਾਨ ਨੂੰ ਜਿਹੜਾ ਪਾਣੀ ਜਾਂਦਾ, ਜਿਹੜਾ ਦਿੱਲੀ ਨੂੰ ਪਾਣੀ ਜਾਂਦਾ, ਉਹਦੇ ਨਾਲ ਪੰਜਾਬ ਬੰਜਰ ਹੋ ਗਿਆ। ਪੰਜਾਬ ਦੇ 80-90% ਜਿਹੜੇ ਬਲਾਕ ਨੇ ਉਹ ਡਾਰਕ ਜ਼ੋਨ ਦੇ ਵਿੱਚ ਆ ਗਏ ਆ, ਤੇ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਨੇ ਕਿ ਆਉਣ ਵਾਲੇ 15-20 ਸਾਲਾਂ ਦੇ ਵਿੱਚ ਬਠਿੰਡਾ ਏਰੀਆ ਪੂਰਾ ਜਿਹੜਾ ਰੇਗਿਸਤਾਨ ਬਣ ਜੂਗਾ।
ਪੰਜਾਬ ਤਾਂ ਲੁੱਟਿਆ ਪੁੱਟਿਆ ਜਾ ਰਿਹਾ ਪੰਜਾਬ ਦੇ ਪਾਣੀ ਦੇ ਸਿਰ ਦੇ ਉੱਤੇ, ਦੂਜੇ ਸੂਬਿਆਂ ਦੇ ਵਿੱਚ ਉੱਥੇ ਮੌਜਾਂ ਲੱਗੀਆਂ ਪਈਆਂ। ਇਹੋ ਜਿਹੇ ਮਾਹੌਲ ਦੇ ਵਿੱਚ ਜੇਕਰ ਕੋਈ ਪੰਜਾਬ ਦਾ ਭਲਾ ਕਰਨਾ ਚਾਹੁੰਦਾ ਤਾਂ ਪੰਜਾਬ ਦੇ ਪਾਣੀ ਹੈ ਜਿਹੜੇ ਉਹਦੇ ਉੱਤੇ ਕੋਈ ਸਹੀ ਗੱਲ ਕਰ ਜਾਵੇ। ਹਰਿਆਣੇ ਰਾਜਸਥਾਨ ਨੂੰ ਤਾਂ ਪਾਣੀ ਜਿਹੜਾ ਦਿੱਲੀ ਨੂੰ ਜਾਂਦਾ ਉਹਦਾ ਕੀ ਹੋਣਾ ਹੈ, ਆਪਾਂ ਨੂੰ ਸਭ ਨੂੰ ਪਤਾ ਕਿ ਬੀਜੇਪੀ ਤਾਂ ਉਲਟਾ ਇਹ ਕਹਿੰਦੀ ਫਿਰਦੀ ਆ ਕਿ ਇੰਟਰਲਿੰਕਿੰਗ ਕਰਨੇ ਆ ਸਾਰੇ ਦਰਿਆ, ਤੇ ਇੰਟਰਲਿੰਕਿੰਗ ਦੇ ਨਾਲ ਦਰਿਆਵਾਂ ਦੇ ਨਾਲ ਪੰਜਾਬ ਨੂੰ ਜਿਹੜੀ ਬਾਕੀ ਮਾੜਾ ਮੋਟਾ ਰਹਿੰਦਾ ਸਾਹ ਆਉਂਦਾ ਉਹ ਵੀ ਖਤਮ ਹੋ ਜਾਣਾ। ਕੱਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਸਰਦਾਰ ਇਮਾਨ ਸਿੰਘ ਮਾਨ ਤੇ ਉਹਦੇ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਟਿਆਲੇ ਇਲਾਕੇ ਦੇ ਵਿੱਚ ਬਹੁਤ ਭਾਰੀ ਕੱਟ ਕਰਕੇ ਉੱਥੇ ਇਸ ਮਸਲੇ ਵੱਲ ਧਿਆਨ ਖਿੱਚਿਆ ਕਿ ਬੀਜੇਪੀ ਵਾਲੇ ਕਹਿੰਦੇ ਫਿਰਦੇ ਆ ਨਵਾਂ ਪੰਜਾਬ। ਇਹ ਇੱਥੇ ਮੁੱਲਾਪੁਰ ਦੇ ਕੋਲੇ ਇੱਕ ਹੋਟਲ ਜੇ ਦੇ ਵਿੱਚ ਵੀ ਇਹਨਾਂ ਨੇ ਪ੍ਰੋਗਰਾਮ ਕਰਕੇ ਗੱਲ ਕੀਤੀ ਆ ਕਿ ਨਵਾਂ ਪੰਜਾਬ ਵਸਾਉਣ। ਨਵਾਂ ਪੰਜਾਬ ਜਿਹੜਾ ਹੈਗਾ ਉਹ ਕਾਹਦਾ ਕੀ ਆ, ਉਹ ਸਾਰਾ ਕੁਛ ਜਦੋਂ ਲੋਕਾਂ ਦੇ ਸਾਹਮਣੇ ਆਉਂਦਾ ਤਾਂ ਬੀਜੇਪੀ ਦਾ ਉਹ ਸਾਰਾ ਕੁਛ ਵੀ ਨਾਲ ਹੀ ਆ ਜਾਂਦਾ ਜੋ ਕੁਝ ਇਹਨਾਂ ਨੇ ਬਾਕੀ ਭਾਰਤ ਵਿੱਚ ਕੀਤਾ। ਜਿੱਥੇ ਜਿੱਥੇ ਵੀ ਬੀਜੇਪੀ ਗਈ ਹੈ ਉਹਨੇ ਉੱਥੋਂ ਦੇ ਲੋਕਾਂ ਨੂੰ ਸਤਾਇਆ ਹੀ ਹੈ ਤੇ ਉੱਥੋਂ ਦੇ ਸਿਆਸੀ ਧਿਰਾਂ ਦਾ ਨਾਸ਼ ਕੀਤਾ। ਜੰਮੂ ਕਸ਼ਮੀਰ ਦੇ ਵਿੱਚ ਜਿਨ੍ਹਾਂ ਨਾਲ ਸਾਂਝ ਪਾਈ ਸੀ ਉਹ ਰਗੜ ਤੇ, ਇਵੇਂ ਹੀ ਉੱਧਰ ਨਿਤਿਸ਼ ਨਾਲ ਸਾਂਝ ਪਾਈ ਸੀ ਨਿਤਿਸ਼ ਕੁਮਾਰ ਨਾਲ, ਹੋਰ ਵੀ ਜਿੱਥੇ ਜਿੱਥੇ ਵੀ ਜਿਸ ਜਿਸ ਧਿਰ ਨਾਲ ਸਾਂਝ ਪਾਈ ਪੰਜਾਬ 'ਚ ਬਾਦਲ ਦਲ ਨਾਲ ਪਾਈ ਸੀ। ਅੱਜ ਬਾਦਲ ਦਲ ਜਿਹੜਾ ਹੈਗਾ ਉਹ ਹੱਥਾਂ ਪੈਰਾਂ 'ਚ ਆਇਆ ਪਿਆ। ਜਿੱਦਣ ਮਨਜਿੰਦਰ ਸਿੰਘ ਸਰਸਾ ਨੂੰ ਪੱਟਿਆ ਸੀ ਇਹਨਾਂ ਨੇ ਉਦੋਂ ਜੋ ਹਾਲ ਬਾਦਲ ਦਲ ਦਾ ਹੋਇਆ, ਜਿਸ ਤਰੀਕੇ ਨਾਲ ਆਪਾਂ ਕੱਲ ਵੀ ਗੱਲ ਕਰਦੇ ਸੀਗੇ ਵੀ ਦਰਬਾਰ ਸਾਹਿਬ ਦੇ ਵਿੱਚ ਖੜ ਕੇ ਸਾਰੇ ਉੱਥੇ ਪਿੱਟਦੇ ਰਹੇ ਆ, ਪਰ ਹੁਣ ਤਾਂ ਗੱਲ ਉਸ ਤੋਂ ਅੱਗੇ ਜਾ ਰਹੀ ਆ। ਚਰਚਾਵਾਂ ਨੇ ਕਿ ਬਹੁਤ ਸਾਰੇ ਬਾਦਲ ਦਲ ਦੇ ਆਗੂ ਅਜੇ ਸੰਪਰਕ ਵਿੱਚ ਨੇ ਤੇ ਜਦੋਂ ਵੋਟਾਂ ਦਾ ਟਾਈਮ ਆ ਗਿਆ ਤਾਂ ਉਹ ਭਾਜਪਾ 'ਚ ਛਾਲ ਮਾਰ ਜਾਣਗੇ। ਭਾਜਪਾ ਪੰਜਾਬ ਦੇ ਵਿੱਚ ਆਪਦਾ ਅਧਿਕਾਰ, ਆਪਦਾ ਵਜੂਦ, ਆਪਦਾ ਆਧਾਰ ਵਧਾਉਣ ਵਿੱਚ ਪੂਰੀ ਕਾਮਯਾਬ ਰਹੀ ਆ ਤੇ ਬਾਦਲ ਦਲ ਨੂੰ ਇਹ ਆਸ ਨਹੀਂ ਸੀ। ਆ 2 ਮਹੀਨੇ ਪਹਿਲਾਂ ਜਿਹੜਾ ਮਾਹੌਲ ਸੀ ਉਹਨੂੰ ਦੇਖਦਿਆਂ ਹੋਇਆ ਕਿਸੇ ਨੂੰ ਵੀ ਆਸ ਨਹੀਂ ਸੀ, ਪਰ ਜਿਸ ਤਰੀਕੇ ਨਾਲ ਪਹਿਲਾਂ ਇੱਕ ਬਹੁਤ ਵੱਡਾ ਅੰਦੋਲਨ ਜਿਹੜਾ ਸੀ ਉਹ ਖੜਾ ਹੋਇਆ, ਉਹਦਾ ਪੂਰਾ ਤਾਪ ਤੇਜ ਬਣਿਆ, ਫਿਰ ਇੱਕਦਮ ਜਿਵੇਂ ਚਮਤਕਾਰ ਹੁੰਦਾ ਕਿਸੇ ਨੂੰ ਯਾਦ ਚੇਤੇ ਨਹੀਂ ਸੀ, ਇੱਕਦਮ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕਰਕੇ ਸਾਰੀ ਖੇਡ ਜਿਹੜੀ ਆ ਉਹ ਬਦਲ ਸਿੱਟੀ ਗਈ ਤੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ MLA MPਾਂ ਨੂੰ ਬੀਜੇਪੀ ਦੇ ਵਰਕਰਾਂ ਨੂੰ ਘੇਰਿਆ ਜਾ ਰਿਹਾ ਸੀ, ਕਟਾਪੇ ਚਾੜੇ ਜਾ ਰਹੇ ਸੀ, ਵਿਧਾਇਕ ਜਿਹੜਾ ਸੀ ਉਹ ਵਿਧਾਇਕਾਂ ਨੂੰ ਵੀ ਨਹੀਂ ਸੀ ਬਖਸ਼ਿਆ ਜਾ ਰਿਹਾ, ਨੰਗੇ ਕਰ ਕਰਕੇ ਭਜਾਇਆ ਜਾ ਰਿਹਾ ਸੀ। ਉਹਦੀ ਥਾਂ ਦੇ ਉੱਤੇ ਲੋਕ ਭੱਜ ਭੱਜ ਕੇ ਬੀਜੇਪੀ 'ਚ ਸ਼ਾਮਿਲ ਹੋਣ ਲੱਗ ਪਏ ਤੇ ਇਹੋ ਜਿਹੀਆਂ ਹੋਰ ਕਈ ਖੇਡਾਂ ਬੀਜੇਪੀ ਜਿਹੜੀ ਆ ਉਹ ਖੇਡੇਗੀ ਤੇ ਲੋਕਾਂ 'ਚ ਇਹਦਾ ਚਰਚਾ ਹੈਗੀ ਹੋਈ ਆ ਕਿ ਪਹਿਲਾਂ ਉਹ ਇਸ ਤਰ੍ਹਾਂ ਮੀਡੀਆ 'ਚ ਮਾਹੌਲ ਬਣਾਉਂਦੇ ਆ ਕਿ ਬੜੀ ਹਵਾ ਸੀਗੀ ਜੀ, ਤੇ ਫਿਰ EVM ਦੇ ਰਾਹੀਂ ਜਿਹੜੀਆਂ ਇਲੈਕਟ੍ਰੋਨਿਕ ਮਸ਼ੀਨਾਂ ਨੇਗੀਆਂ ਵੋਟਾਂ ਵਾਲੀਆਂ ਉਹਦੇ ਰਾਹੀਂ ਕੋਈ ਹੇਰਾ ਫੇਰੀ ਕਰਕੇ ਆਪਦੇ ਬੰਦਿਆਂ ਨੂੰ ਵੋਟਾਂ ਵੱਧ ਦਿਖਾ ਕੇ ਕਹਿ ਦਿੰਦੇ ਆ ਕਿ ਸਾਡੀ ਸਰਕਾਰ ਬਣ ਗਈ। ਸੋ ਆਉਣ ਵਾਲਾ ਸਮਾਂ ਜਿਹੜਾ ਹੈ ਇਹ ਪੰਜਾਬ ਦੇ ਲੋਕਾਂ ਲਈ, ਪੰਥ ਲਈ, ਇਹ ਤਾਂ ਅਸੀਂ ਰੋਕ ਨਹੀਂ ਸਕਦੇ ਨਾ ਚੋਣਾਂ ਜਿਹੜੀਆਂ ਵੋਟਾਂ ਨੇਗੀਆਂ, ਪਰ ਅਸੀਂ ਤਿਆਰੀ ਤਾਂ ਆਪਦੀ ਰੱਖੀਏ ਆਉਣ ਵਾਲੇ ਸਮੇਂ ਦੇ ਲਈ। ਜਿਹੜਾ ਬੰਦਾ ਇਹ ਸੋਚੀ ਬੈਠਾ ਕਿ ਬਹੁਤ ਭਲਾ ਟਾਈਮ ਆਊਗਾ, ਅੱਛੇ ਦਿਨ ਆਉਣਗੇ, ਮੋਦੀ ਨੇ ਇਹ ਅੱਛੇ ਉੱਚੇ ਦਿਨ ਤਾਂ ਕੀ ਦੇਣੇ ਆ, ਬੀਜੇਪੀ ਨੇ ਹਿੰਦੂਤਵਾ ਨੇ ਪੰਜਾਬ ਦੇ ਵਿੱਚ ਆਪਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਰਨਾ ਤੇ ਲੱਗਦਾ ਇਹ ਹੈਗਾ ਕਿ ਢੀਂਡਸੇ ਵਾਲੇ, ਬਾਦਲ ਦਲ ਵਾਲੇ, ਕੈਪਟਨ ਅਮਰਿੰਦਰ ਸਿੰਘ ਵਾਲੇ ਤੇ ਬਾਦਲ ਦਲ ਵਾਲੇ ਭਾਜਪਾ ਵਾਲੇ, ਕਾਂਗਰਸ ਤੋਂ ਬਗੈਰ ਬਾਕੀ ਸਾਰੇ
ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਗੈਰ ਬਾਕੀ ਸਾਰੇ ਜਿਹੜੇ ਆ ਉਹ ਰਲ ਕੇ ਅਗਲੀ ਸਰਕਾਰ ਬਣਾਉਣਗੇ। ਤੇ ਲੋਕਾਂ ਨੂੰ ਇਹ ਆ ਕਿ ਢੀਂਡਸੇ ਦੇ MLA ਵੱਧਦੇ ਨੇ ਕਿ ਬਾਦਲ ਦਲ ਦੇ ਵੱਧਦੇ ਨੇ, ਇੱਕ ਤਾਂ ਇਹ ਸਵਾਲ ਆ। ਦੂਜਾ ਇਹ ਹੈਗਾ ਕਿ ਬਾਦਲ ਦਲ ਅਤੇ ਭਾਜਪਾ ਵਿੱਚੋਂ ਜ਼ਿਆਦਾ ਕਿਹਦੇ ਹੁੰਦੇ ਆ, ਵੀ ਪੰਜਾਬ 'ਚ ਵੱਡਾ ਭਾਈਵਾਲ ਕੌਣ ਬਣੂਗਾ। ਅੱਜ ਇਹ ਗੱਲਾਂ ਸੁਣ ਕੇ ਕਈਆਂ ਨੂੰ ਅਜੀਬ ਲੱਗ ਸਕਦਾ ਹੈ, ਪਰ ਇਹ ਚਰਚਾਵਾਂ ਇੱਥੇ ਸਿਆਸੀ ਸਫਾਂ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਕਿ ਉਹ ਇਲੈਕਸ਼ਨ ਤੋਂ ਬਾਅਦ ਵਿੱਚ, ਚੋਣਾਂ ਤੋਂ ਬਾਅਦ ਵਿੱਚ ਬਾਦਲ ਦਲ ਅਤੇ ਭਾਜਪਾ ਰਲ ਕੇ ਵੀ ਸਰਕਾਰ ਬਣਾ ਸਕਦੇ। ਤੇ ਜਿਹੜੇ ਲੋਕ ਪੰਜਾਬ ਦੇ ਵਿੱਚ ਇਹਨਾਂ ਇਲੈਕਸ਼ਨਾਂ ਦੇ ਵਿੱਚ, ਇਹਨਾਂ ਚੋਣਾਂ ਦੇ ਵਿੱਚ ਆਪਦਾ ਸਭ ਕੁਝ ਦਾਅ ਤੇ ਲਾਈ ਬੈਠੇ ਹੈ, ਉਹਨਾਂ ਦਾ ਨਿਸ਼ਾਨਾ ਇੱਕ ਹੀ ਆ ਕਿ ਆਪਾਂ ਚੋਣ ਜਿੱਤਣੀ। ਤੇ ਚੋਣ ਜਿੱਤਣ ਦੇ ਲਈ ਉਹ ਕੋਈ ਮਾੜੀ ਚੰਗੀ ਗੱਲ ਵੀ ਵਪਰਾ ਸਕਦੇ। ਪਿਛਲੀ ਵਾਰ ਪੁਲਵਾਮਾ ਦਾ ਅਟੈਕ ਹੋਇਆ ਸੀ, ਬੜੀਆਂ ਜਾਨਾਂ ਗਈਆਂ ਸੀ। ਪੰਜਾਬ ਦੇ ਵਿੱਚ ਲੋੜ ਮੰਡੀ ਵਾਲਾ ਬਲਾਸਟ ਜਿਹਦੇ ਚ ਮਾਸੂਮ ਬੱਚਿਆਂ ਦੀਆਂ ਜਾਨਾਂ ਗਈਆਂ, ਜਦੋਂ ਲੁਧਿਆਣੇ ਚ ਬਲਾਸਟ ਹੋਇਆ ਫਿਰ ਚਰਚਾ ਛਿੜੀ ਸੀ, ਇਹੋ ਜਿਹਾ ਕੁਛ ਹੋਰ ਵੀ ਚੰਦ ਫਿਰ ਚਾੜਿਆ ਜਾ ਸਕਦਾ। ਪੰਜਾਬ ਦੇ ਲਈ ਇਹ ਵੋਟਾਂ ਜਾਂ ਵੋਟਾਂ ਤੋਂ ਬਾਅਦ ਵਿੱਚ ਕੁਛ ਭਲਾ ਨਹੀਂ ਹੋਣ ਲੱਗਿਆ, ਕੁਛ ਚੰਗਾ ਨਹੀਂ ਵਾਪਰਨ ਲੱਗਿਆ। ਜਿਹੜੇ ਲੋਕ ਇਸ ਸੱਚ ਨੂੰ ਸਮਝਣ ਤੋਂ ਇਨਕਾਰੀ ਨੇ, ਇਸ ਸੱਚ ਨੂੰ ਮੰਨਣ ਤੋਂ ਇਨਕਾਰੀ ਨੇ, ਅਸਲ ਵਿੱਚ ਪੰਜਾਬ ਦਾ ਬੇੜਾ ਗਰਕ ਕਰਾਉਣ ਦੇ ਵਿੱਚ, ਜਿਵੇਂ ਜਿਹੜਾ ਕਹਾੜੇ ਦਾ ਦਸਤਾ ਹੁੰਦਾ ਨਾ, ਉਹ ਰੋਲ ਉਹ ਕਰ ਰਹੇ ਨੇ। ਜਿਹੜੇ ਲੋਕਾਂ ਨੂੰ ਇਹ ਸਥਿਤੀ ਮਨਜ਼ੂਰ ਆ, ਜਿਹੜੇ ਬਾਗੀ ਨਹੀਂ ਹੋ ਰਹੇ, ਜਿਹੜੇ ਇਸ ਸਿਸਟਮ ਨੂੰ ਮੱਥਾ ਟੇਕੀ ਬੈਠੇ ਆ, ਉਹ ਸਾਰੇ ਵੀ ਇਸ ਜਿਹੜੀ ਸਾਡੀ ਬੇਪੱਤੀ ਹੋ ਰਹੀ ਆ ਪੰਜਾਬ ਦੀ, ਸਾਡੀ ਪੱਤ ਲੁੱਟੀ ਜਾ ਰਹੀ ਆ, ਉਹਦਾ ਹਿੱਸਾ ਹੀ ਨੇ ਉਹ। ਪੰਜਾਬ ਦੇ ਲੋਕਾਂ ਨੂੰ ਜਾਗਣਾ ਪਊਗਾ, ਪੰਜਾਬ ਦੇ ਲੋਕਾਂ ਨੂੰ ਉੱਠਣਾ ਪਊਗਾ, ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਪਊਗਾ ਕਿ ਇਸ ਹਿੰਦੁਸਤਾਨੀ ਸਿਸਟਮ ਦੇ ਅੰਦਰ ਸਾਡਾ ਕੁਛ ਨਹੀਂ ਬਣ ਸਕਦਾ। ਸਾਡਾ ਜਿਹੜਾ ਹੈਗਾ, ਜੇ ਕੁਛ ਬਣ ਸਕਦਾ ਤਾਂ ਖਾਲਿਸਤਾਨ 'ਚ ਬਣ ਸਕਦਾ। ਖਾਲਿਸਤਾਨ ਸਿਰਜਣ ਵਾਲੇ ਪਾਸੇ ਸਾਨੂੰ ਪੀਸਫੁਲ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ। ਜਿਹੜੇ ਭੈਣ ਭਰਾ ਅਜੇ ਵੀ ਇਹ ਸਮਝਦੇ ਹੈ ਕਿ ਭਾਰਤੀ ਹਕੂਮਤੀ ਤੰਤਰ ਤੋਂ ਸਾਨੂੰ ਕੁਛ ਮਿਲਜੂ, ਉਹ ਬੰਦੇ ਖਾਲਿਸਤਾਨ ਦੀ ਮੰਜ਼ਿਲ ਹੀ ਨਹੀਂ ਦੂਰ ਕਰ ਰਹੇ, ਉਹ ਆਪਦੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਹੋਰ ਕੰਢੇ ਬੀਜ ਰਹੇ ਆ। ਆਪਣੇ ਆਲੇ ਦੁਆਲੇ ਹਰੇਕ ਘਰ ਦੇ ਵਿੱਚ ਦੇਖੋ, ਜਿਹੜਾ ਜਵਾਨ ਆ ਬੱਚਾ, ਉਹਦਾ ਕੋਈ ਭਵਿੱਖ ਹੈ ਇੱਥੇ? ਤੇ ਗਾਂਹ ਵਾਲਿਆਂ ਦਾ ਕੀ ਹੋਣਾ? ਪੰਜਾਬ ਨੂੰ ਉਜਾੜਨ ਵਾਲਿਆਂ ਦੇ ਨਾਲ ਖੜਨਾ ਕਿ ਪੰਜਾਬ ਨੂੰ ਵਸਾਉਣ ਵਾਲਿਆਂ ਦੇ ਨਾਲ ਖੜਨਾ? ਇਹ ਲਕੀਰ ਖਿੱਚਣ ਦਾ ਵੇਲਾ ਜਿਹੜਾ ਹੈਗਾ ਉਹ ਸਿਰ ਤੇ ਆਇਆ ਖੜਾ। ਉਹ ਵੋਟਾਂ ਦੇ ਵਿੱਚੋਂ ਜਿਹੜਾ ਭਾਲਦੇ ਫਿਰਦੇ ਆ ਕਿ ਇਹਦੇ ਚੋਂ ਪਤਾ ਨੀ ਕੀ ਹੋ ਜਾਣਾ, ਇਹਦੇ ਚੋਂ ਚਾਹੇ ਮੋਦੀ ਦਾ ਕੋਈ ਚਮਚਾ ਨਿਕਲੇ, ਚਾਹੇ ਸੁਖਬੀਰ ਬਾਦਲ ਹੋਵੇ, ਚਾਹੇ ਕਿਸੇ ਹੋਰ ਪਾਰਟੀ ਦਾ ਹੋਵੇ, ਇਹਨਾਂ ਬੰਦਿਆਂ ਤੋਂ ਆਸ ਰੱਖਣੀ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਅੱਜ ਲਈ ਇੰਨਾ ਹੀ ਕਾਫੀ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।